ਚੰਡੀਗੜ੍ਹ ਤੋਂ ਇਸ ਵਾਰ ਕਾਂਗਰਸ ਦੀ ਟਿਕਟ ਮਨੀਸ਼ तिवारी ਨੂੰ ਮਿਲ ਚੁੱਕੀ ਹੈ ਹਾਲਾਂਕਿ ਕਾਫੀ ਜਿਹੜਾ ਹੈਗਾ ਇਹ ਸਸਪੈਂਸ ਬਰਕਰਾਰ ਸੀ ਕਿਉਂਕਿ ਭਾਜਪਾ ਆਪਣਾ ਅਨਾਉਂਸ ਕਰ ਚੁੱਕੀ ਸੀ ਸੰਜੇ ਟੰਡਨ ਜਿਹੜੇ ਲੋਕਲ ਲੀਡਰ ਨੇ ਔਰ ਬਾਰ-ਬਾਰ ਇਹੀ ਕਿਆਸ ਲਾਏ ਜਾ ਰਹੇ ਸੀ ਕਿ ਕਿ ਪਵਨ ਬੰਸਲ ਹੋ ਸਕਦੇ ਨੇ ਕਿਉਂਕਿ ਪਵਨ ਬੰਸਲ ਹਰਮੰਦਰ ਸਿੰਘ ਲੱਖੀ ਤੇ ਮਨੀਸ਼ तिवारी ਇਹ ਤਿੰਨਾਂ ਦਾ ਨਾਂ ਸ਼ਾਮਿਲ ਸੀ ਲੇਕਿਨ ਫਾਈਨਲੀ ਮਨੀਸ਼ तिवारी ਨੂੰ ਹੁਣ ਚੰਡੀਗੜ੍ਹ ਤੋਂ ਟਿਕਟ ਮਿਲ ਚੁੱਕੀ ਹੈ ਸਾਡੇ ਨਾਲ ਐਚਐਸ ਲੱਖੀ ਨੇ ਹਾਲਾਂਕਿ ਐਚਐਸ ਲੱਖੀ ਵੀ ਇਸ ਰੇਸ 'ਚ ਸੀਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਲਗੇ ਜੀ ਕਿਸ ਤਰ੍ਹਾਂ ਦੇਖਦੇ ਕਿਉਂਕਿ ਸਸਪੈਂਸ ਤਾਂ ਬਰਕਰਾਰ ਸੀਗਾ ਲੇਕਿਨ ਫਾਈਨਲੀ ਹੁਣ ਮਨੀਸ਼ Tiwari ਜੀ ਦੇਖੋ ਪਾਰਟੀ ਦੀ ਟਿਕਟ ਦੇ ਵਿੱਚ ਅਪਲਾਈ ਕਰਨਾ ਕੋਈ ਰੇਸ ਨਹੀਂ ਹੁੰਦੀ ਅਸੀਂ ਜਿਹੜਾ ਲੋਕਲ ਯੂਨਿਟ ਹੁੰਦਾ ਉਹ ਐਪਲੀਕੇਸ਼ਨਸ ਇਨਵਾਈਟ ਕਰਦਾ ਛੇ ਐਪਲੀਕੇਸ਼ਨਸ ਆਈਆਂ ਸਤਵਾਂ ਮਨੀਸ਼ Tiwari ਜੀ ਦਾ ਇੰਟਰਸਟ ਸੀ ਉਸ ਤੋਂ ਬਾਅਦ ਸ਼ਾਰਟਲਿਸਟਿੰਗ ਹੋਈ ਸਕਰੀਨਿੰਗ ਕਮੇਟੀ ਹੋਈ ਤਿੰਨ ਨਾਮ ਸ਼ਾਰਟਲਿਸਟ ਕੀਤੇ ਗਏ ਵੀ ਇਹ ਪ੍ਰੋਬੇਬਲ ਕੈਂਡੀਡੇਟਸ ਆ ਜਿਹੜੇ ਇਲੈਕਸ਼ਨ ਜਿੱਤ ਸਕਦੇ ਆ ਉਹ ਤੇ ਨੂੰ ਮੇ ਉਮੀਦਵਾਰ ਜਿਹੜੇ ਹੁੰਦੇ ਨੇ ਨਾ ਜਿਹਨਾਂ ਨੂੰ ਵੀ ਸਿਲੇਕਸ਼ਨ ਕੀਤੀ ਜਾਂਦੀ ਹੈ ਉਹ ਜਿੱਤਣ ਵਾਲੇ ਉਮੀਦਵਾਰ ਹੁੰਦੇ ਉਹਨਾਂ ਨੂੰ ਲੱਗਦਾ ਪਰ ਐਂਡ ਦੇ ਵਿੱਚ ਕੈਂਡੀਡੇਟ ਦਾ ਇਕੱਲਾ ਲੜਨਾ ਹੈ ਬਿਲਕੁਲ ਔਰ ਪਾਰਟੀ ਨੇ ਯੂਨਾਈਟਡ ਹੋ ਕੇ ਲੜਨਾ ਹੈ ਇਸ ਕਰਕੇ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਕਿ ਮਨੀਸ਼ Tiwari ਜੀ ਨੂੰ ਇਥੋਂ ਟਿਕਟ ਦਿੱਤੀ ਜਾਏ ਔਰ ਮੈਂ ਪਾਰਟੀ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਔਰ ਮੈਂ ਕਿਉਂਕਿ ਖੁਦ ਇਸ ਦੇ ਵਿੱਚ ਮੇਰੀ ਸਹਿਮਤੀ ਵੀ ਲਈ ਗਈ ਔਰ ਮੇਰਾ ਖੁਦ ਵੀ ਨਾਲ ਇਸ ਦੇ ਵਿੱਚ ਸਮਰਥਨ ਸੀਗਾ ਕਿ ਮਨੀਸ਼ ਜੀ ਨੂੰ ਟਿਕਟ ਦਿੱਤੀ ਜਾਏ ਕਿਉਂਕਿ ਚੰਡੀਗੜ੍ਹ ਦੇ ਜੰਪਲ ਨੇ ਔਰ ਇੱਥੇ ਹੀ ਇਹਨਾਂ ਨੇ ਸਕੂਲਿੰਗ ਕੀਤੀ ਇੱਥੋਂ ਹੀ ਐਜੂਕੇਸ਼ਨ ਕੀਤੀ ਕਾਲਜ ਕੀਤਾ ਫਿਰ ਲਾਅ ਕੀਤੀ ਇੱਥੋਂ ਔਰ ਹੀ ਹੈਜ਼ ਬੀਨ ਲਿਵਿੰਗ ਇਨ ਚੰਡੀਗੜ੍ਹ ਫਾਰ ਦਾ ਪਾਸ ਸੋ ਮਨੀ ইয়ারਸ ਸਿੱਤਿਜ ਜੰਮੇ ਪਲੇ ਆ 19 ਸੈਕਟਰ ਉਹਨਾਂ ਦੀ ਕੋਠੀ 4 ਸੈਕਟਰ ਦੇ ਵਿੱਚ ਫਲੈਟ ਇੱਥੇ ਜੇ ਅਨੰਦਪੁਰ ਸਾਹਿਬ ਜਾਂ ਲੁਧਿਆਣੇ ਤੋਂ ਵੀ ਸੰਸਦ ਰਹੇ ਤਾਂ ਰਹਿੰਦੇ ਤਾਂ ਚੰਡੀਗੜ੍ਹ ਹੀ ਰਹੇ ਹੀ ਵਾਸ ਆਲਵੇਜ਼ ਅ ਚੰਡੀਗੜ੍ਹਨ ਬਾਈ ਹਾਰਟ ਉਹ ਲੱਗਦਾ ਕਿ ਹੁਣ ਕਿਉਂਕਿ ਸੰਜੇ ਟੰਡਨ ਤੇ ਵਰਸਸ ਮਨੀਸ਼ Tiwari ਹੁਣ ਕਿਤੇ ਨਾ ਕਿਤੇ ਮੁਕਾਬਲਾ ਜਿਹੜਾ ਕੜਾ ਹੋਏਗਾ ਕਿਉਂਕਿ ਬਵਨ ਵੰਸਲ ਜਿਹੜੇ ਹੈਗੇ ਉਹ ਕਹੇ ਜਾ ਰਹੇ ਸੀ ਬ ਮੈਂ ਤਾਂ ਸਮਝ ਨਹੀਂ ਪਾਇਆ ਅਜ ਤੱਕ ਲੋਕਲ ਦਾ ਕ੍ਰਾਈਟੇਰੀਆ ਕੀ ਹੈ ਹਮ ਕਿਰਨ ਖੇਰ ਚੰਡੀਗੜ੍ਹ ਤੋਂ ਸੀਗੀ ਜਿਵੇਂ ਚੰਡੀਗੜ੍ਹ 8 ਸੈਕਟਰ ਰਹਿੰਦੀ ਸੀ ਸਭ ਕੁਝ ਠੀਕ ਹੈ ਠੀਕ ਹੈ ਉਹ ਆਪਣੇ ਕੰਮ ਕਰਕੇ ਬੰਬੇ ਜਾ ਕੇ ਸੈਟਲ ਹੋ ਗਈ ਪਰ ਬਨੀਸ਼ तिवारी ਤਾਂ ਰਹਿੰਦੇ ਹੀ ਚੰਡੀਗੜ੍ਹ ਸੀਗੇ ਮੈਂ ਕਹਿੰਦਾ ਚਾਹੇ ਐਮਪੀ ਬਣਨ ਜੋ ਮਨ ਜਿਹੜੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਟਾਈਮ ਦੇਣਾ ਪੈਂਦਾ ਸੀ ਦੋ ਤਿੰਨ ਦਿਨ ਪਾਰਲੀਮੈਂਟ ਲੱਗੀ ਆ ਜਿੰਨੇ ਵੀ ਦਿਨ ਸਾਲ 'ਚ ਐਵਰੇਜ 50 ਦਿਨ ਲੱਗੀ ਆ 100 ਦਿਨ ਲੱਗੀ ਉਸ ਤੋਂ ਇਲਾਵਾ ਤਾਂ ਹੀ ਵਾਸ ਹੇਰ ਓਨਲੀ ਚੰਡੀਗੜ੍ਹ ਚ ਰਹਿੰਦੇ ਸੀ ਚੰਡੀਗੜ੍ਹ ਚ ਰਾਤ ਨੂੰ ਸੁੰਦੇ ਸੀ ਚੰਡੀਗੜ੍ਹ ਸਵੇਰੇ ਉੱਠਦੇ ਸੀ ਹੋਰ ਲੋਕਲ ਕੀ ਵੀ ਹੁੰਦਾ ਇੱਥੇ ਦੀ ਸਕੂਲਿੰਗ ਹੀ ਉਹ ਜਾਂ ਤਾਂ ਤੁਸੀਂ ਬਿਲਕੁਲ ਉਸ ਵੀ ਆ ਜਾਓ ਤਾਂ ਵੀ ਉਹ ਚੰਡੀਗੜ੍ਹ ਦੇ ਜੰਮ ਪਲੇ ਚੰਡੀਗੜ੍ਹ ਚ ਉਹਨਾਂ ਦਾ ਜਨਮ ਹੋਇਆ ਮੈਂ ਖੁਦ ਚੰਡੀਗੜ੍ਹ ਦਾ ਜੰਮ ਪਲਾ ਇੱਥੇ ਮੇਰਾ ਚੰਡੀਗੜ੍ਹ ਚ 8 ਸੈਕਟਰ ਜਿੱਥੇ ਆਪਾਂ ਬੈਠੇ ਆਂ 8 ਸੈਕਟਰ ਚ ਜਨਮ ਹੋਇਆ ਅੱਜ 50 ਸਾਲ ਦੀ ਉਮਰ ਹੋ ਗਈ ਇੱਥੇ ਹੀ ਕਰਦੇ ਆਂ ਲੋਕਲ ਤਾਂ ਫਿਰ ਕੋਈ ਕ੍ਰਾਈਟੇਰੀਆ ਨਹੀਂ ਹੁੰਦਾ ਉਹ ਟੰਡਨ ਸਾਹਿਬ ਹੈ ਨਾ ਦਾ ਅੰਮ੍ਰਿਤਸਰ ਚ ਜਨਮ ਹੋਇਆ ਸੀ ਗੱਲ ਪੰਜਾਬ ਦੀ ਰਾਜ 15 20 ਸਾਲ ਪਹਿਲੀ ਜੰਨੀਗੜ੍ਹ ਦੀ ਪੋਲਿਟਿਕ ਸੈਂਟਰ ਜਿੱਤ ਕੇ ਠੀਕ ਹੈ ਕੀ ਉਹ ਲੋਕਲ ਮੈਨੂੰ ਕ੍ਰਾਈਟੇਰੀਆ ਸਮਝ ਨਹੀਂ ਆਇਆ ਤੁਹਾਨੂੰ ਕੀ ਲੱਗਦਾ ਹੁਣ ਮਨੀਸ਼ तिवारी ਤੇ ਸੰਜੇ ਟੰਡਨ ਕਿਉਂਕਿ ਸੰਜੇ ਟੰਡਨ ਹੁਣ ਆਪਣੀ ਕੈਂਪੇਨ ਜਿਹੜੀ ਹੈਗੀ ਹੈ ਲੋਕਾਂ ਦੇ ਘਰ-ਘਰ ਜਾਂ ਫਿਰ ਆਪਣਾ ਜਿਹੜਾ ਰਿਪੋਰਟ ਕਾਰਡ ਹੈ ਉਹ ਵੀ ਲੈ ਕੇ ਹੁਣ ਜਾ ਰਹੇ ਆ ਲਗਾਤਾਰ ਸਰਵੇ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਐਲਾਈਅੰਸ ਇੱਥੇ ਹੈ ਮੁਕਾਬਲਾ ਜਿਹੜਾ ਹੈਗਾ ਕਾਫੀ ਦੇਖੋ ਕਾਂਗਰਸ ਪਾਰਟੀ ਪਹਿਲੇ ਵੀ ਕੈਂਪੇਨ ਚ ਲੱਗੀ ਹੋਈ ਸੀ ਔਰ 5 ਸਾਲ ਅਸੀਂ ਪੂਰੇ ਕੈਂਪੇਨ ਮੋਡ ਚ ਹੁੰਦੇ ਆ ਦੂਸਰਾ ਤੁਸੀਂ ਮੇਅਰ ਇਲੈਕਸ਼ਨ ਚ ਵੀ ਦੇਖਿਆ ਆਮ ਆਦਮੀ ਪਾਰਟੀ ਨਾਲ ਸਰਦਾ ਗਠਬੰਧ ਹੋਇਆ ਕਿਸ ਤਰੀਕੇ ਨਾਲ ਅਸੀਂ ਪਟਕਣੀ ਜਿਹੜੀ ਆ ਬੀਜੇਪੀ ਨੂੰ ਦਿੱਤੀ ਔਰ ਮੇਅਰ ਦੇ ਵਿੱਚ ਸਾਡੀ ਜਿੱਤ ਹੋਈ ਉਸ ਤੋਂ ਬਾਅਦ ਐਫਐਨਸੀਸੀ ਦੇ ਵਿੱਚ ਜਿੱਤ ਹੋਈ ਪੂਰਾ ਜਿਹੜਾ ਕੈਡਰ ਹੈ ਉਹਦਾ ਮੂਡ ਜਿਹੜਾ ਅਪਡੇਟ ਹੈ ਭਾਜਪਾ ਨੂੰ ਹਰਾਉਣ ਵਾਸਤੇ ਤਿਆਰ ਹੈ ਦੋਨੋਂ ਪਾਰਟੀਆਂ ਦਾ ਔਰ ਚੰਡੀਗੜ੍ਹ ਦੇ ਵਿੱਚ ਵੀ ਇੱਕ ਵੱਡੀ ਜਿੱਤ ਜਿਹੜੀ ਹੈਗੀ ਹੈ ਇੰਡੀਆ ਲਾਇੰਸ ਤੇ ਕੈਂਡੀਡੇਟ थी ਕਾਂਗਰਸ ਦੇ ਕੈਂਡੀਡੇਟ ਦੀ ਮਨਿਸ਼ तिवारी ਜੀ ਦੀ ਹੋਏਗੀ ਉਹਨਾਂ ਦੀ ਸਾਫ਼ ਬਿਦਾਗ ਛਵੀ ਉਹਨਾਂ ਦਾ ਕੰਮ ਕਰਨ ਦੀ ਸ਼ੈਲੀ ਉਹਨਾਂ ਦਾ ਲੋਕਾਂ ਤੱਕ ਪਹੁੰਚਣ ਦਾ ਤਰੀਕਾ ਇੱਕ ਇੱਕ ਵਧੀਆ ਮਤਲਬ ਵਤੀਰਾ ਹਰ ਬੰਦੇ ਨਾਲ ਹੱਸ ਕੇ ਮਿਲਣਾ ਹਰ ਬੰਦੇ ਨਾਲ ਪਿਆਰ ਨਾਲ ਸਤਿਕਾਰ ਦੇਣਾ ਵੱਡਿਆਂ ਨੂੰ ਸਤਿਕਾਰ ਦੇਣਾ ਇੱਕ ਸਵਾਲ ਇਹਦੇ ਵਿੱਚ ਕਿ ਪਵਨ ਬੰਸਲ ਦਾ ਲਾਸਟ ਟਾਈਮ ਤੱਕ ਤਾਂ ਹੀ ਸੀਗਾ ਕਿ ਉਹਨਾਂ ਨੂੰ ਹੀ ਟਿਕਟ ਮਿਲਲੀ ਇੱਕ ਤੁਸੀਂ ਵੀ 2 ਦਿਨ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਤੁਸੀਂ ਵੀ ਇਹ ਕਿਹਾ ਸੀਗਾ ਕਿ ਅਸੀਂ ਨਾਲ ਹਾਂ ਚਾਹੇ ਜੋ ਮਰਜ਼ੀ ਹੋਵੇ ਲੇਕਿਨ ਅਚਾਨਕ ਜਿੱਦਾਂ ਕਹਿੰਦੇ ਆ ਕਿਉਂਕਿ ਪਵਨ ਬੰਸਲ ਸੀ ਅੱਜ ਵੀ ਪਵਨ ਬੰਸਲ ਜੀ ਦੇ ਨਾਲ ਕੋਈ ਤਿੰਨੋ ਜਾਣੇ ਕੱਟੇ ਆ ਮੈਂ ਤੁਹਾਨੂੰ ਜਿਵੇਂ ਕਿਹਾ ਵੀ ਟਿਕਟ ਇੱਕ ਬੰਦੇ ਨੂੰ ਮਿਲਨੀ ਇਹ ਨਹੀਂ ਕਿ ਪਵਨ ਜੀ ਨੂੰ ਟਿਕਟ ਨਹੀਂ ਮਿਲੀ ਤਾਂ ਅਸੀਂ ਉਹਨਾਂ ਨੂੰ ਛੱਡਤਾ ਪਵਨ ਜੀ ਸਾਡੇ ਬਹੁਤ ਹੀ ਸੀਜ਼ਨਡ ਸੀਨੀਅਰ ਮੋਸਟ ਰਿਸਪੈਕਟੇਬਲ ਲੀਡਰ ਹੈ ਔਰ ਮੈਂ ਪਹਿਲੇ ਵੀ ਕਹਿੰਦਾ ਰਿਹਾ ਹਾਂ ਹੀ ਹੈਸ ਡਨ ਅ ਲੋਟ ਫॉर ਚੰਡੀਗੜ੍ਹ ਬਿਲਕੁਲ ਪਰ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੁਣ ਸਮਾਂ ਸਿਗਾ ਕਿ ਇੱਕ ਨੌਜਵਾਨ ਚਿਹਰਾ ਉਤਾਰਿਆ ਜਾਏ ਜਿਹੜਾ ਬੰਦਾ ਯੰਗ ਫੇਸ ਹੋਏ ਨਿਊ ਫੇਸ ਹੋਏ ਜਿਹੜਾ ਲੋਕਾਂ ਦੇ ਵਿੱਚ ਇੱਕਦਮ ਲੋਕਾਂ ਨੂੰ ਹਿੱਟ ਕਰੇ ਯਾਰ ਹਾਂ ਹੇਅਰ ਇਜ਼ ਦ ਪਰਸਨ ਜਿਹੜਾ ਬੀਜਪੀ ਨੂੰ ਹਰਾ ਸਕਦਾ ਠੀਕ ਹੈ ਬੰਸਲ ਜੀ ਨੇ ਆਪਣੇ ਬਹੁਤ ਹੀ ਅਹਿਮ ਯੋਗਦਾਨ ਰਏ ਹੈ ਸਭ ਕੁਝ ਰਏ ਹੈ ਚੰਡੀਗੜ੍ਹ ਪਾਰਟੀ ਨੇ ਨਾ ਉਹਨੂੰ 8 9 ਵਾਰੀ ਲੜਨ ਦਾ ਮੌਕਾ ਦਿੱਤਾ ਔਰ ਉਹਨਾਂ ਨੇ ਬਹੁਤ ਕੰਟਰੀਬਿਊਸ਼ਨ ਹੈ ਉਹਨਾਂ ਦੀ ਪਾਰਟੀ ਦੇ ਪ੍ਰਤੀ ਵੀ ਔਰ ਸ਼ਹਿਰ ਦੇ ਪ੍ਰਤੀ ਵੀ ਪਰ ਹਰ ਚੀਜ਼ ਦਾ ਇੱਕ ਪੀਰੀਆਡ ਔਰ ਇੱਕ ਸਮਾਂ ਹੁੰਦਾ ਹੈ ਠੀਕ ਹੈ ਇਸ ਕਰਕੇ ਮੈਂ ਸਮਝਦਾ ਕਿ ਹੁਣ ਪਾਰਟੀ ਨੇ ਠੀਕ ਸਮਝਿਆ ਵੀ ਯਾਰ ਹੁਣ ਇੱਕ ਨੌਜਵਾਨ ਨੂੰ ਉਤਾਰੋ ਜਿਹੜਾ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਹੈ ਲਖੀ ਜੀ ਹੁਣ ਕਿਸ ਤਰ੍ਹਾਂ ਰਹਿਣ ਵਾਲਾ ਹੈ ਰੋਡ ਮੈਪ ਕਿਉਂਕਿ ਹੁਣ ਤਾਂ ਚਲੋ ਤੁਸੀਂ ਨਾਲ ਮਿਲ ਕੇ ਮਨੀਸ਼ Tiwari ਜੀ ਦੇ ਕਰੋਗੇ ਹੁਣ ਰੋਡ ਮੈਪ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਮੈਂ ਇਕੱਲਾ ਨਹੀਂ ਸਾਰੀ ਪਾਰਟੀ ਮਿਲ ਕੇ ਮਨੀਸ਼ Tiwari ਦੀ ਮਦਦ ਕਰੇਗੀ ਮੈਂ ਇਕੱਲਾ ਨਹੀਂ ਹੈ ਪਵਨ ਬੰਸਲ ਜੀ ਵੀ ਹੋਣਗੇ ਇੰਟਰਨਲੀ ਮਤਭੇਦਤਾ ਨਹੀਂ ਕੋਈ ਮਤਭੇਦ ਨਹੀਂ ਹੈ ਸਾਰੇ ਅਸੀਂ ਆਪੀਟਾਂ ਕਿਉਂਕਿ ਇਹ ਇਲੈਕਸ਼ਨ ਥੋੜਾ ਡਿਫਰੈਂਟ ਇਲੈਕਸ਼ਨ ਹੈ ਇਹ ਇਲੈਕਸ਼ਨ ਦੇਸ਼ ਦੀ ਕਨਸਟੀਟਿਊਸ਼ਨ ਨੂੰ ਬਚਾਉਂਦਾ ਹੈ ਇਹ ਦੇਸ਼ ਦੇ ਲੋਕਤੰਤਰ ਨੂੰ ਬਚਾਉਂਦਾ ਹੈ ਇਹਦੇ ਵਿੱਚ ਅੱਜ ਅਲੱਗ ਹੋਣ ਦਾ ਸਵਾਲ ਹੀ ਨਹੀਂ ਬੈਠਦਾ ਯਾ ਤਾਂ ਤੁਸੀਂ ਇਸ ਪਾਸੇ ਜਾਂ ਤੁਸੀਂ ਉਸ ਪਾਸੇ ਜੋ ਜਿਹੜੇ ਇਸ ਪਾਸੇ ਆ ਉਹ ਸਾਰੇ ਇਕੱਠੇ ਹੋ ਕੇ ਚੱਲਣਗੇ ਔਰ ਜਿਹੜੇ ਉਸ ਪਾਸੇ ਨੇ ਤਾਂ ਫਿਰ ਉਸ ਪਾਸੇ ਹੈ ਹੀ ਨਹੀਂ ਅੱਜ ਅਗਰ ਲੋਕ ਇਹ ਸੋਚ ਲੈਣ ਕਿ ਅਗਲੀ ਵਾਰੀ ਵੋਟ ਪਾਣੀ ਹੈ ਚਾਹੇ ਕਿਸੇ ਵੀ ادارے ਦੀ ਹੋਵੇ ਚਾਹੇ ਐਮਪੀ ਦੀ ਹੋਵੇ ਚਾਹੇ ਐਮਐਲਏ ਦੀ ਹੋਵੇ ਚਾਹੇ ਕਾਰਪੋਰੇਸ਼ਨ ਦੀ ਫਿਰ ਲੋਕਤੰਤਰ ਨੂੰ ਜਿੰਦਾ ਰੱਖਣਾ ਬਹੁਤ ਜ਼ਰੂਰੀ ਹੈ ਬੀਜੇਪੀ ਨੂੰ ਹਰਾਣਾ ਬਹੁਤ ਜ਼ਰੂਰੀ ਹੈ ਮੋਦੀ ਨੂੰ ਸ਼ਿਕਸਤ ਦੇਣਾ ਬਹੁਤ ਜ਼ਰੂਰੀ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਨਾਲ ਕਿਸ ਤਰ੍ਹਾਂ ਤੁਹਾਡਾ ਕੋਆਰਡੀਨੇਸ਼ਨ ਹੈ ਬਹੁਤ ਵਧੀਆ ਤਾਲਮੇਲ ਰੋਜ਼ ਗੱਲ ਹੁੰਦੀ ਹੈ ਮੀਟਿੰਗਸ ਹੁੰਦੀਆਂ ਆਪਸ ਦੇ ਵਿੱਚ ਹਰ ਤਰ੍ਹਾਂ ਦਾ ਤਾਲਮੇਲ ਹੈਗਾ ਔਰ ਤੁਸੀਂ ਦੇਖਣਾ ਪੂਰੀ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਔਰ ਇਸ ਤੋਂ ਇਲਾਵਾ ਵੀ ਸਮਾਜਵਾਦੀ ਪਾਰਟੀ ਕਮਿਊਨਿਸਟ ਪਾਰਟੀ ਬਹੁਤ ਛੋਟੀਆਂ-ਛੋਟੀਆਂ ਪਾਰਟੀਆਂ ਚੰਡੀਗੜ੍ਹ ਦੇ ਵਿੱਚ ਜਿਹੜੀ ਇੰਡੀਆ ਐਲਾਈਂਸ ਦਾ ਹਿੱਸਾ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਜਿਹੜੀਆਂ ਗੀਆਂ ਭਾਜਪਾ ਨੂੰ ਹਰਾਣ ਕਿ ਤਾਂ ਬਿਲਕੁਲ ਐਚਐਸ ਲੱਕੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਪਾਰਟੀ ਚ ਕਿਸੇ ਵੀ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈ ਸਾਰੇ ਮਿਲ ਕੇ ਚਾਹੇ ਪਵਨ ਬੰਸਲ ਜੀ ਹੋਣ ਚਾਹੇ ਹਰਮਿੰਦਰ ਸਿੰਘ ਲੱਕੀ ਹੋਣ ਮਨੀਸ਼ ਤਿਵਾਰੀ ਦੇ ਨਾਲ ਹੈ ਤੇ ਉਹਨਾਂ ਦੀ ਪਾਰਟੀ ਤੇ ਆਮ ਆਦਮੀ ਪਾਰਟੀ ਲਗਾਤਾਰ ਕੋਆਰਡੀਨੇਸ਼ਨਸ ਮੀਟਿੰਗ ਕਰ ਰਹੀ ਹੈ ਔਰ ਜਲਦੀ ਹੋਰ ਵੀ ਕਈ ਵੱਡੀ ਰੈਲੀਆਂ ਕਈ ਲੋਕਾਂ ਦੇ ਵਿੱਚ ਜਾ ਕੇ ਅਗਰੀ ਹੈਗੀ ਲੋਕਾਂ ਨੂੰ ਮਿਲਾਂਗੇ ਚੰਡੀਗੜ੍ਹ ਤੋਂ ਕੈਮਰਾਮੈਨ ਸੁਖਜਿੰਦਰ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ